एक पासे दिवाली का त्यौहार आ, लोग अपने घर जाके जिहड़ी दिवाली की खरीद फरोख कर रहे हैं, मार्केट च घूम रहे हैं। उत्थे दूजे पासे जेकर किसानों की गल करिए, किसान अज भी जिहड़ा मंडियां दे विच मौजूद है। तुहानूं तस्वीरां पहलां दिखावांगे कि भी मंडी दा तुसीं हालात देख लो, झोने के अंबार इत्थे लगे हुए हैं और जिहड़े किसान आ उह रात नूं इस वेले भी जिहड़े कि मंडियां विच मौजूद ने, गलबात करदे आ। सर की नाम है तुहाडा ते किन्ने चिर तों बैठे? नाम चंद सिंह है जी, पिंड बूथगढ़। अच्छा ਭਾਜੀ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਇੱਥੇ ਬੈਠੇ ਨੂੰ, ਕਿੰਨੇ ਦਿਨ ਹੋ ਗਏ ਤੁਹਾਨੂੰ ਜਿਹੜੇ ਤੇ ਤੁਸੀਂ ਰਾਤਾਂ ਜਿਹੜੇ ਕੱਟਦੇ? ਸਾਨੂੰ ਜੀ 12 ਦਿਨ ਹੋ ਗਏ ਜੀ। ਤਕਰੀਬਨ ਮਸਲਾ ਹੁਣ ਇੱਥੇ ਦਿਨ ਭਰ ਸਾਨੂੰ ਉੱਥੇ ਰਹਿਣਾ ਪੈਂਦਾ ਵਾ ਅਤੇ ਨੁਕਸਾਨ ਹੁੰਦੇ ਸਾਡੇ ਜ਼ਿਮੀਂਦਾਰਾਂ ਦੇ। ਮਤਲਬ ਕੋਈ ਨਿਆਣੇ ਚੁੱਕੇ ਜੋ ਵੀ ਜਿਹੜੇ ਛੂਟ ਛੂਟ ਤੁਰੇ ਫਿਰਦੇ ਉਹ ਚੱਕਦੇ ਆ, ਝੋਨਾ ਸਾਡੇ ਪਰੇਸ਼ਾਨ ਹੋਣਾ ਪੈਂਦਾ ਉਹਨੂੰ। ਅਤੇ ਕਈ ਵਾਰ ਕਹਿੰਦੇ ਬਾਰਦਾਨਾ ਨਹੀਂ ਆਇਆ ਜਾਂ ਕੋਈ ਹੋਰ ਪੱਖਿਆਂ ਜਾਂ ਕੋਈ ਬਹੁਤ ਪ੍ਰੋਬਲਮ ਆਉਂਦੀਆਂ ਵਾ, ਇਸ ਕਰਕੇ ਸਾਨੂੰ ਹੁਣ ਇੱਥੇ ਮੱਛਰਾਂ ਦੇ ਵਿੱਚ ਰਹਿਣਾ ਪੈਂਦਾ ਜੀ। ਬੱਚੇ ਵੀ ਘਰੇ ਰੋਜ਼ ਤੜਫਦੇ ਆਉਣ, ਜਿੱਦਾਂ ਦਿਨ ਤਿਉਹਾਰ ਅੱਜ ਦਿਨ ਤਿਉਹਾਰ ਦੇ ਵਿੱਚ ਵੀ ਚਲੋ ਤੜਫਣਾ ਹਰ ਇੱਕ ਬੰਦੇ ਨੂੰ ਹੁੰਦੀ ਆ ਆਪਣੇ ਘਰ ਜਾਣ ਦੀ। ਤਕਰੀਬਨ ਹੁਣ ਅਸੀਂ ਇਹ ਕਹਾ ਵੀ ਅਸੀਂ ਛੱਡ ਨਹੀਂ ਸਕਦੇ, ਨਾ ਅਸੀਂ ਇੱਥੋਂ ਹਿੱਲ ਸਕਦੇ ਹਾਂਗੇ ਪਾਸੇ ਨੂੰ। ਅਤੇ ਫਸਲ ਆ, ਫਸਲ ਨੂੰ ਹੁਣ 6 ਮਹੀਨਿਆਂ ਦੀ ਕਮਾਈ ਹੈ ਆਪਣੀ, ਹੁਣ ਜੇ 6 ਮਹੀਨਿਆਂ ਵਿੱਚ ਆਪਾਂ ਉਹਨੂੰ ਛੱਡੀਏ ਤਾਂ ਫਿਰ ਆਪਾਂ ਸਾਡੇ ਪੱਲੇ ਹੁਣ ਸਾਰਿਆ ਕੁਛ ਲੈਣ ਦੇਣਾ, ਅਸੀਂ ਇੱਥੋਂ ਹੀ ਕਰਨਾ ਇਹਨਾਂ ਚੀਜ਼ਾਂ ਨੂੰ ਕਰਨਾ। ਅਤੇ ਇਸ ਕਰਕੇ ਆ ਵੀ ਚਲੋ ਪ੍ਰਸ਼ਾਸਨ ਜਿਹੜਾ ਵੀ ਉਹ ਪੂਰੀ ਗੌਰ ਦੇਵੇਗਾ, ਜ਼ਿਮੀਂਦਾਰ ਦੀ ਸੁਣਾਈ ਕੀਤੀ ਜਾਵੇ ਵੀ ਮਤਲਬ ਕੋਈ ਵੀ ਆਪ ਦੇਖਣ, ਕੋਈ ਸਾਡੇ 'ਚ ਨੁਕਸਾ, ਕੋਈ ਸਾਨੂੰ ਆ ਕੇ ਕਿਸੇ ਤਰ੍ਹਾਂ ਦੀ ਪ੍ਰੋਬਲਮ ਦੱਸਣ। ਜੇ ਹੁਣ ਆਪਾਂ ਆ ਗਏ ਐਵੀ ਚੰਗੇ ਭਲੇ ਨੂੰ ਮਾੜਾ ਕਰੀ ਜਾਣਾ, ਫਿਰ ਸੋਭਾ ਨਹੀਂ ਗੀ। ਸਰਕਾਰਾਂ ਦਾ ਕੰਮ ਇਹੀ ਹੁੰਦਾ ਵੀ ਹਰ ਇੱਕ ਦੀ ਗੱਲਬਾਤ ਸੁਣੀ ਜਾਵੇ, ਸੁਣਾਈ ਕੀਤੀ ਜਾਵੇ, ਅਤੇ ਉਸ ਚੀਜ਼ ਦਾ ਫਿਰ ਆਪਾਂ ਨੂੰ ਹਰ ਇੱਕ ਬੰਦੇ ਨੂੰ ਮਤਲਬ ਵਧੀਆ ਹੁੰਦਾ ਜੀ ਉਹ। ਅੱਛਾ, ਤੁਹਾਨੂੰ ਕਿੰਨੇ ਰਾਤਾਂ ਹੋ ਗਈਆਂ ਇੱਥੇ ਕੱਟਦੇ ਨੂੰ, ਕਿਉਂਕਿ ਲਗਾਤਾਰ ਤੁਸੀਂ ਮੰਡੀਆਂ ਵਿੱਚ ਜਿਹੜੇ ਕਿਸਾਨ ਮੌਜੂਦ ਆ, ਅਤੇ ਜੇਕਰ ਗੱਲ ਕਰੀ ਦਿੱਕਤ ਕੀ ਆ ਰਹੀ ਹੈ ਤੁਹਾਨੂੰ, ਕਿ ਲਿਫਟਿੰਗ ਦੀ ਪ੍ਰੋਬਲਮ ਆ ਰਹੀ ਹੈ ਜਾਂ ਕੀ ਪ੍ਰੋਬਲਮ ਕੀ ਆ ਰਹੀ ਹੈ, ਬਾਰਦਾਨੇ ਦੀ ਆ ਰਹੀ ਹੈ, ਕੀ ਦਿੱਕਤ ਕੀ ਆ ਰਹੀ ਹੈ? ਵਿੱਚ ਦਾ ਜੀ ਬਾਰਦਾਨਾ ਵੀ ਲੇਟ ਆਉਂਦਾ ਵਾ, ਬਾਰਦਾਨੇ ਨੂੰ ਵੀ ਖੈਰ ਉਨੀ ਆਪਾਂ ਨਹੀਂ, ਸਰਕਾਰਾਂ ਪਹਿਲਾਂ ਇਹਨਾਂ ਨੂੰ ਚਾਹੀਦਾ ਪ੍ਰਸ਼ਾਸਨ ਨੂੰ ਵੀ ਜਿਹੜੇ ਮਾਲ ਇੰਤਜ਼ਾਮ ਕਰਨੇ ਚਾਹੀਦਾ, ਠੀਕ ਹੈ ਨਾ। ਚਲੋ ਇਹ ਕੋਈ ਗੱਲਬਾਤ ਹੈ ਵੀ ਆ, ਆਪਾਂ ਗਿੱਲੀ ਸੁੱਕੀ ਕੁਛ ਵੀ ਆ, ਉਹ ਜ਼ਿਮੀਂਦਾਰ ਇਸ ਗੱਲ ਨੂੰ ਵੀ ਕਹਿੰਦਾ ਵੀ ਜੇ ਮਾੜਾ ਮੋਟਾ ਗਿੱਲਾ ਪਿਆ ਸਾਨੂੰ ਕਾਰਡ ਵੀ ਲਵਾ ਲਓ, ਅਸੀਂ ਤਾਂ ਵੀ ਉਹ ਵੀ ਕੁਛ ਵੀ ਸਾਨੂੰ ਪਰੇਸ਼ਾਨੀ ਨਾ ਹੋਣੀ ਚਾਹੀਦੀ। ਅਤੇ ਉਹ ਇਹ ਆ ਕੇ 3-3 ਦਿਨ ਕਰਕੇ ਚਲੇ ਜਾਂਦੇ ਆ, ਅਤੇ ਉਹ ਇਸ ਕਰਕੇ ਵੀ ਪਰੇਸ਼ਾਨ ਹੋਣਾ ਪੈਂਦਾ ਜੀ। ਹੁਣ 12 ਰਾਤਾਂ ਹੋ ਗਈਆਂ ਸਾਨੂੰ ਉੱਥੇ ਸੌਂਦਿਆਂ ਨੂੰ, 12 ਰਾਤਾਂ ਹਾਂਜੀ ਇੱਥੇ ਰਹੀਦਾ। ਅਤੇ ਹੁਣ ਅਸੀਂ ਕਰੀਏ ਕਿ ਹੁਣ ਦਿਨ ਤਿਉਹਾਰ ਵੀ ਹੁਣ ਆਏ, ਅਗਾਂਹ ਆ ਰਹੇ ਆ। ਅੱਛਾ, ਜੇਕਰ ਗੱਲ ਕਰੀਏ ਹੁਣ ਦਿਵਾਲੀ ਦਾ ਤਿਉਹਾਰ ਹੈ, ਜਿਵੇਂ ਲੋਕ ਆਪਣੇ ਘਰਾਂ ਵਿੱਚ ਜਾ ਕੇ ਦਿਵਾਲੀ ਮਨਾਉਂਦੇ ਨੇ, ਪਰਿਵਾਰ ਵਿੱਚ ਰਹਿੰਦੇ ਨੇ, ਤੁਸੀਂ ਕਿਸਾਨ ਇੱਥੇ ਮੰਡੀਆਂ 'ਚ ਬੈਠਾ, ਕਿੰਨਾ ਔਖਾ ਹੁੰਦਾ? ਘਰ ਦੇ ਕੁਛ ਕਹਿੰਦੇ ਨਹੀਂ ਜਾਂ ਵੀ ਤੁਸੀਂ ਇੰਨਾ ਟਾਈਮ ਹੋ ਗਿਆ ਤੁਹਾਨੂੰ ਬੈਠੇ ਵੀ ਤਿਉਹਾਰ ਦਾ ਸੀਜ਼ਨ ਆ ਵੀ ਘਰੇ ਆ ਕੇ ਸਾਡੇ ਨਾਲ ਬੈਠੋ ਆ ਕੇ? ਘਰ ਦੇਖੋ ਹੁਣ ਨਿਆਣੇ ਪਰਿਵਾਰ, ਹੁਣ ਥੋੜ੍ਹੇ ਥੋੜ੍ਹੇ ਪਰਿਵਾਰ ਆ, ਘਰ ਆਪ ਨੂੰ ਫਿਕਰ ਰਹਿੰਦਾ ਵੀ ਅਸੀਂ ਨਿਆਣੇ ਸਾਡੇ, ਅਸੀਂ ਹੁਣ ਇਕੱਲੇ ਆ ਅਤੇ ਅਸੀਂ ਕੀ ਕਰੀਏ, ਸਾਨੂੰ ਆਪ ਨੂੰ ਫਿਕਰ ਬੱਚਿਆਂ ਦਾ ਹੈਗੇ ਹੈਗਾ, ਆਪਣਾ ਆਪ ਸਾਨੂੰ ਆਪ ਦੀ ਹੁਣ ਟੈਨਸ਼ਨ ਰਹਿੰਦੀ ਹੈ ਵੀ ਅਸੀਂ ਘਰ ਜਾਈਏ, ਅਸੀਂ ਘਰ ਸੁਣਨੇ ਹੁਣ ਬੱਚੇ ਤਾਂ ਪਰਿਵਾਰ ਕਿਹੜਾ, ਹੁਣ ਪਹਿਲਾਂ ਵਾਂਗ ਪਰਿਵਾਰ ਰਹੇ ਆ, ਹੁਣ ਚੋਰੀਆਂ ਡਾਕੇ ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਪਿੰਡਾਂ ਦੇ ਵਿੱਚ, ਅਤੇ ਇਸ ਗੱਲ ਦੀ ਪ੍ਰੋਬਲਮ ਇੱਥੇ ਬੈਠਿਆਂ ਸੋਚ ਲੱਗੀ ਰਹਿੰਦੀ ਆ ਵੀ ਅਸੀਂ ਕੋਈ ਉਹੋ ਜਿਹਾ ਕੋਈ ਫੋਨ 'ਤੇ ਕੋਈ ਗੱਲਬਾਤ ਨਾ ਹੋ ਜਾਵੇ, ਅਤੇ ਮਤਲਬ ਖੈਰ ਹੁਣ ਕਰੀਏ ਕਿ ਹੁਣ ਸਾਡੇ ਬਸ ਸਾਡੇ ਵੀ ਹੈ ਨਹੀਂ ਕੁਛ ਵੀ। ਅੱਛਾ ਭਾਜੀ, ਫਸਲ ਨੂੰ ਸੰਭਾਲਣਾ ਮੁਸ਼ਕਿਲ ਕਿੰਨਾ ਕੁ ਹੈ, ਕਿਉਂਕਿ ਸਾਰੀ ਰਾਤ ਤੁਸੀਂ ਇੱਥੇ ਰਹਿੰਦੇ ਹੋ, ਫਿਰ ਸੌਂਦਾ ਵੀ ਹੈ ਬੰਦਾ, ਨੀਂਦ ਵੀ ਆਉਂਦੀ ਹੈ, ਫਸਲ ਨੂੰ ਕਿੰਨਾ ਕੁ ਸੰਭਾਲਣਾ ਔਖਾ, ਕੋਈ ਦਿੱਕਤ ਪਰੇਸ਼ਾਨੀ ਵੀ ਆਉਂਦੀ ਤੁਹਾਨੂੰ ਇੱਥੇ ਮੰਡੀਆਂ ਦੇ ਵਿੱਚ, ਜਾਂ ਕੋਈ ਇੰਤਜ਼ਾਮ ਕੋਈ ਪ੍ਰੋਪਰ ਹੈ ਕਿ ਨਹੀਂ ਹੈ, ਜਾਂ ਚੋਰੀ ਵਗੈਰਾ ਜਾਂ ਕੁਛ ਹੁੰਦੀ ਹੈ ਕੋਈ ਇੱਦਾਂ ਕਰਕੇ? ਨਹੀਂ, ਰਾਤ ਨੂੰ ਫਿਰ ਐਂ ਨਾ, ਹੁਣ ਅਸੀਂ ਹੁਣ ਜੇ ਰਹਿਣਾ, ਅਸੀਂ ਰਾਤ ਨੂੰ ਫਿਰ ਇਹ ਥੋੜ੍ਹਾ ਵੀ ਹੁਣ ਸੌਣਾ ਮੱਥੇ, ਅਸੀਂ ਹੁਣ ਡੰਗਰ ਪਸ਼ੂ ਵੀ ਰੱਖਣੇ ਆ, ਅਤੇ ਜਿਹੜਾ ਮਤਲਬ ਕੋਈ ਬੱਚੇ ਆ ਜਾਣੇ, ਹੁਣ ਕਈ ਵਾਰ ਛੋਟੇ ਛੋਟੇ ਬੱਚੇ ਆਲੇ ਦੁਆਲੇ ਪਈਏ ਰਹਿੰਦੇ, ਉਹ ਉਹਨਾਂ ਦੇ ਬੱਚੇ ਆ ਕੇ ਫਿਰ ਰਾਤ ਨੂੰ ਸ਼ਰਾਰਤਾਂ ਕਰਦੇ ਆ, ਬੰਦੇ ਵਿੱਚੋਂ ਵੀ ਕਰਦੇ ਆ, ਅਤੇ ਸਾਨੂੰ ਤਾਂ ਫਿਰ ਆਪਣੀ ਜ਼ਿੰਮੇਵਾਰੀ ਤਾਂ ਰੱਖਣੀ ਪੈਣੀ ਜੀ ਪੂਰੀ, ਹੁਣ ਜ਼ਿੰਮੇਵਾਰੀ ਰੱਖ ਕੇ ਅਸੀਂ ਸਾਰਾ ਜਾਗਣੇ ਪੈਂਦਾ ਸਾਨੂੰ ਇੱਥੇ, ਇਹ ਥੋੜ੍ਹੇ ਵੀ ਸੌਂ ਜਾਵਾਂਗੇ ਇੱਥੇ ਆ ਕੇ, ਸੌਣ ਦੀ ਗੱਲ ਹੀ ਆਉਣ, ਮੈਂ ਪਿੰਡ ਜਾ ਕੇ 2 ਘੰਟੇ ਸੌਂ ਕੇ ਆਇਆ। ਕੁੱਲ ਮਿਲਾ ਕੇ ਔਖਾ ਜੀ? ਹਾਂ, ਕੁੱਲ ਮਿਲਾ ਕੇ ਸਾਰਾ ਕੁਝ ਔਖਾ ਹੀ ਆ ਜੀ, ਹੁਣ ਪਰੇਸ਼ਾਨੀ ਤਾਂ ਹੁਣ ਕੀ ਕਰੀਏ, ਹੁਣ ਕੀ ਸਰਕਾਰਾਂ ਨੂੰ, ਇਹ ਤਾਂ ਸਰਕਾਰਾਂ ਨੂੰ ਚਾਹੀਦਾ, ਹੁਣ ਜੇ ਬਾਹਰ ਰੋਈਏ ਤਾਂ ਵੀ ਬਥੇਰਾ ਕੁਛ ਦੇਖ ਰਹੇ ਹਾਂ, ਕਰ ਰਹੇ ਹਾਂ, ਰੋ ਰਹੇ ਹਾਂ, ਪਿੱਟ ਰਹੇ ਹਾਂ, ਪਰ ਕਰੀਏ ਕੀ ਹੁਣ? ਠੀਕ ਹੈ ਸਰ, ਕੀ ਨਾਮ ਹੈ ਤੁਹਾਡਾ ਤੁਸੀਂ? ਨਰਮਾ ਸਿੰਘ ਜੀ। ਸਰ ਕਿੱਥੋਂ ਆਏ ਤੁਸੀਂ? ਪਿੰਡ ਮੱਤੇਵਾੜਾ। ਸਰ ਮੱਤੇਵਾੜਾ ਤੋਂ ਕਿੰਨੇ ਕੁ ਚੱਕਰ ਲੱਗ ਜਾਂਦੇ ਆ, ਕਿਉਂਕਿ ਜਿਵੇਂ ਜਿਸ ਹਿਸਾਬ ਨਾਲ ਕੋਈ ਫਸਲ ਦਾ ਧਿਆਨ ਵੀ ਰੱਖਣਾ, ਘਰ ਵੀ ਆਉਣਾ ਜਾਣਾ, ਕਿੰਨਾ ਕੁ ਟਾਈਮ ਲੱਗ ਜਾਂਦਾ, ਕਿੰਨੇ ਘੰਟੇ ਲੱਗਦੇ? ਡੇਲੀ ਅਪ ਡਾਊਨ, ਇੱਕ ਜਣਾ ਜਾਣੀ 5-7 ਜਣੇ ਬੰਦੇ ਆ, ਹੁਣ ਜੇ 2 ਜਣੇ ਅਸੀਂ ਚੱਲ ਗਏ ਘਰੇ, ਅੱਜ ਸਾਡੇ 'ਚੋਂ 3 ਜਣੇ ਗਏ ਹੋਏ ਆ, 2 ਜਣੇ ਅਸੀਂ ਇੱਥੇ ਹਾਂ, ਵਾਰੀ ਵਾਰੀ ਜਾਣਾ, ਕਈ ਵਾਰੀ ਡੇਲੀ ਅਪ ਡਾਊਨ ਕਰਨਾ ਪੈਂਦਾ, ਕੋਈ ਕੰਮ ਜ਼ਰੂਰੀ ਪੈ ਗਿਆ ਫਿਰ ਜਾਣਾ ਹੀ ਪੈਣਾ, ਇਹ ਆ ਵੀ ਪਰੇਸ਼ਾਨੀ ਤਾਂ ਬਹੁਤ ਆ, ਹੁਣ ਕੀ ਕੀਤਾ ਜਾਵੇ। ਤੁਸੀਂ ਕਹਿੰਦੇ ਪਰੇਸ਼ਾਨੀ ਕਾਫੀ ਹੈ, ਅਤੇ ਜੇਕਰ ਗੱਲ ਕਰੀਏ ਜੇ ਸਰਕਾਰਾਂ ਕਹਿੰਦੀਆਂ ਨੇ ਤਾਂ ਸਾਡੇ ਵੱਲੋਂ ਇੰਤਜ਼ਾਮ ਕੀਤੇ ਹੋਏ ਨੇ ਕਿਸਾਨਾਂ ਦੇ ਪ੍ਰਤੀ, ਜੋ ਵੀ ਇੱਥੇ ਮੰਡੀ ਨੂੰ ਲੈ ਕੇ ਸਾਰੇ ਕਿਤੇ ਇੰਤਜ਼ਾਮ, ਤੁਸੀਂ ਕਹਿ ਰਹੇ ਹੋ ਕਾਫੀ ਪਰੇਸ਼ਾਨੀ ਆ ਰਹੀ ਹੈ। ਦੇਖੋ ਜੀ, ਇਹ ਤੁਹਾਨੂੰ ਪਤਾ ਤੁਹਾਡਾ ਰੋਜ਼ ਦਾ ਕੰਮ ਆ, ਦੇਖੋ ਜ਼ਮੀਨੀ ਜਿਹੜੀ ਜ਼ਮੀਨੀ ਹਕੀਕਤ ਹੈ, ਇਹਦੇ ਕੋਈ ਗੱਲ ਕੁਝ ਹੋਰ ਆ, ਜਿਹੜੇ ਆਪਾਂ
ਸੜਕਾਂ ਦੇ ਉੱਤੇ ਬੁਰਾ ਹਾਲ ਕੋਈ ਪੁੱਛਦਾ ਹੀ ਨਹੀਂ ਇੱਥੇ ਦੇਖੋ ਸੜਕਾਂ ਦੇ ਉੱਤੇ ਅਸੀਂ ਖਲਾਰਨਾ ਝੋਨਾ ਬੁਰੇ ਹਾਲ ਸਾਰਾ ਬਹੁਤ ਜ਼ਿਆਦਾ ਜਿੰਨੀ ਐਤਕੀ ਪਰੇਸ਼ਾਨੀ ਆਈ ਆ ਕਦੇ ਆਈ ਨਹੀਂ ਇਹਦਾ ਮੇਨ ਮਕਸਦ ਇਹ ਆ ਦੇਖੋ ਹੁਣ ਕਿਸਾਨ ਸੜਕਾਂ ਦੇ ਧਰਨੇ ਲਾ ਰਹੇ ਆ ਇਹਦਾ ਮੇਨ ਮਕਸਦ ਇਹ ਆ ਵੀ ਜਿਹੜੀਆਂ ਸਰਕਾਰਾਂ ਇਹ ਜ਼ਿਮੀਂਦਾਰਾਂ ਨੂੰ ਤੰਗ ਕਰਦੀਆਂ ਵੀ ਸਿੱਧਾ ਅਬਾਨੀ ਅਡਾਨੀ ਦੇ ਗਾਹਾਂ ਸਿੱਧੇ ਗੋਦਾਮ 'ਚ ਜਾਣ ਇਹਦੀ ਇਹ ਪ੍ਰੋਬਲਮ ਵਜ੍ਹਾ ਜਿਹੜੇ ਅਸੀਂ ਹੁਣ ਇੱਥੇ ਬੈਠੇ ਸੀ ਸਾਰੀ ਦਿਹਾੜੀ ਇਹੀ ਗੈਸ ਲਾਈ ਜਾਈਦਾ ਵੀ ਇਹ ਪਹਿਲਾਂ ਕਦੇ ਇੰਨੀ ਪ੍ਰੋਬਲਮ ਆਈ ਨਹੀਂ ਵੀ ਐਦ ਕੀ ਗੱਲ ਆ ਇੰਨਾ ਬਹੁਤ ਜ਼ਿਆਦਾ ਇਹ ਜਿੱਦਾਂ ਸਿਆਣਿਆਂ ਦੀ ਕਹਾਵਤ ਆ ਵੀ ਕੰਨ ਇੱਧਰੋਂ ਨਹੀਂ ਫੜਨਾ ਦੂਏ ਪਾਸੇ ਹੀ ਘੁਮਾ ਕੇ ਫੜ ਲੈਣਾ ਬਸ ਇਹੀ ਚੱਕਰ ਆ ਵੀ ਉਹ ਪਰੇਸ਼ਾਨ ਕਰਦੇ ਆ ਵੀ ਸਿੱਧੀਆਂ ਗਾਹਾਂ ਟਰਾਲੀਆਂ ਉੱਥੇ ਜਾਣ ਵੀ ਆਹ ਮੰਡੀ ਵਾਲਾ ਇਹ ਅਸੀਂ ਖਤਮ ਹੀ ਕਰ ਦਈਏ ਅੱਛਾ ਰਾਤ ਰਾਤ ਕਿੱਦਾਂ ਕੱਟਦੇ ਹੋ ਕਿਉਂਕਿ ਮੱਛਰ ਵੀ ਇੱਥੇ ਕਾਫੀ ਹੁੰਦਾ ਤੇ ਰਾਤ ਔਖੀ ਕੱਟਦੀ ਆ ਜਾਂ ਕਿੱਦਾਂ ਰਾਤ ਤਾਂ ਫਿਰ ਦੇਖੋ ਜੀ ਹੁਣ ਰਾਤ ਤਾਂ ਕੱਟਦੀ ਆ ਰਾਤ ਤਾਂ ਔਖੀ ਹੋਈ ਆ ਹੁਣ ਰਾਤ ਇਹ ਆ ਵੀ ਜਿੱਦਾਂ ਹੁਣ ਅਸੀਂ ਪੈ ਗਏ ਇੱਕ ਜਾਣਾ ਪੈ ਗਿਆ ਜੋ ਨੀਂਦ ਤਾਂ ਇੱਥੇ ਆਉਂਦੀ ਵੀ ਨਹੀਂ ਨੀਂਦ ਕਿਉਂ ਇੱਦਾਂ ਆ ਵੀ ਹੁਣ ਅਵਾਰਾ ਡੰਗਰ ਵੀ ਆ ਜਾਂਦੇ ਆ ਹੁਣ ਇੱਥੇ ਉਹਨਾਂ ਨੇ ਲੱਗ ਕੇ ਉਹਨਾਂ ਨੇ ਖਾਣਾ ਵੀ ਆ ਹੋਰ ਵੀ ਕਈ ਤਰ੍ਹਾਂ ਦੇ ਪ੍ਰੋਬਲਮ ਆ ਇੱਥੇ ਹੁਣ ਜਿੱਦਾਂ ਹੁਣ ਆਹ ਦੇਖ ਲਓ ਤੁਸੀਂ ਗਰਦ ਕਿੰਨਾ ਇੱਥੇ ਇੱਥੇ ਰਹਿ ਨਹੀਂ ਸਕਦਾ ਬੰਦਾ ਰਹਿ ਕੇ ਬਿਮਾਰ ਹੁੰਦਾ ਇਹਦੀ ਬਹੁਤ ਜ਼ਿਆਦਾ ਪਰੇਸ਼ਾਨੀ ਇਹਦੇ ਵਿੱਚ ਜੀ ਬਿਲਕੁਲ ਅਸੀਂ ਕਿਸਾਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਹਿਣਾ ਕਿ ਉਹ ਲਗਾਤਾਰ ਮੰਡੀਆਂ ਦੇ ਵਿੱਚ ਇੱਥੇ ਰਾਤਾਂ ਨੂੰ ਰੁਕੇ ਔਰ ਆਪਣੀ ਫਸਲ ਦਾ ਜਿਹੜਾ ਧਿਆਨ ਰੱਖਦੇ ਜੇਕਰ ਗੱਲ ਕਰੀਏ ਜਿੱਥੇ ਇੱਕ ਪਾਸੇ ਲੋਕ ਦੀਵਾਲੀ ਨੂੰ ਲੈ ਕੇ ਆਪਣੇ ਘਰਾਂ ਵਿੱਚ ਖੁਸ਼ੀ ਮਨਾ ਰਹੇ ਨੇ ਉੱਥੇ ਦੂਜੇ ਪਾਸੇ ਕਿਸਾਨ ਮੰਡੀਆਂ 'ਚ ਰਹਿ ਕੇ ਫਸਲਾਂ ਦਾ ਧਿਆਨ ਰੱਖਦੇ ਨੇ ਔਰ ਉਹਨਾਂ ਦਾ ਕਹਿਣਾ ਕਿ ਬੇਸ਼ੱਕ ਸਰਕਾਰਾਂ ਕਹਿੰਦੀਆਂ ਨੇ ਕਿ ਉਹਨਾਂ ਦੇ ਇੰਤਜ਼ਾਮ ਕੀਤੇ ਨੇ ਪਰ ਜ਼ਮੀਨੀ ਹਕੀਕਤ ਇਹ ਕਿਸਾਨਾਂ ਦਾ ਕਹਿਣਾ ਕਿ ਕੋਈ ਇੰਤਜ਼ਾਮ ਨਹੀਂ ਉਹਨਾਂ ਨੂੰ ਬਹੁਤ ਮੁਸ਼ਕਲ ਆ ਰਹੀ ਹੈ ਰਾਤਾਂ ਕੱਟ ਕੱਟ ਕੇ ਉਹਨਾਂ ਨੂੰ ਟਾਈਮ ਨਿਕਾਲਣਾ ਪੈਂਦਾ ਲੁਧਿਆਣਾ ਤੋਂ ਲਖਵਿੰਦਰ ਸਿੰਘ ਦੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਕੀ ਹਰ ਖਬਰ ਸਭ ਪਹਿਲੇ ਦੇਖਣੇ ਕੇ ਲਿਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ WhatsApp ਚੈਨਲ ਪਰ।